ਲੌਕਡਾਊਨ ਪੰਜ ਜਾਂ ਅਨਲੌਕ 1 ਜੇਕਰ ਅਸੀਂ ਗੱਲ ਕਰੀਏ ਧਾਰਮਿਕ ਸਥਾਨਾਂ ਦੀ ਤੇ ਕਾਫੀ ਦੇਰ ਤੋਂ ਬੰਦ ਪਏ ਸੀ ਲਗਭਗ 2 ਮਹੀਨੇ ਇਹ ਸਾਰੇ ਸਥਾਨ ਧਾਰਮਿਕ ਸੰਸਥਾਵਾਂ ਸਭ ਬੰਦ ਪਈਆਂ ਸੀ ਤਾਂ ਜੋ ਕਰੋਨਾ ਵਾਇਰਸ ਦੀ ਮਹਾਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਤੇ ਇਸ ਦੇ ਰਿਸਕ ਨੂੰ ਮਿਨੀਮਾਈਜ਼ ਕੀਤਾ ਜਾ ਸਕੇ ਪਰ ਹੁਣ 2 ਮਹੀਨੇ ਬਾਅਦ ਜਦੋਂ ਲੌਕਡਾਊਨ ਪੰਜ ਐਕਸਟੈਂਡ ਹੋਇਆ ਹੈ ਨਵਾਂ ਲੌਕਡਾਊਨ ਲੱਗਾ ਹੈ ਜਾਂ ਅਨਲੌਕ 1 ਆਇਆ ਹੈ ਉਸ ਦੇ ਚੱਲਦੇ ਆ ਸਰਕਾਰ ਨੇ ਕੁਝ ਹਦਾਇਤਾਂ ਦਿੱਤੇ ਹਨ ਹਰ ਧਾਰਮਿਕ ਸਥਾਨ ਨੂੰ ਖੋਲਣ ਦੀ ਪਰਮਿਸ਼ਨ ਦੇ ਦਿੱਤੀ ਹੈ ਤੇ ਇਸ ਵੇਲੇ ਅਸੀਂ ਮੌਜੂਦ ਹਾਂ ਜਲੰਧਰ ਦੇ ਕੈਂਟ ਦੇ ਵਿੱਚ ਜਿੱਥੇ ਸਭ ਤੋਂ ਪੁਰਾਣਾ ਪੰਜਾਬ ਦਾ ਚਰਚ ਹੈ ਜੋ ਕਿ 1847 ਦੇ ਵਿੱਚ ਇੱਥੇ ਬਣਿਆ ਸੀਗਾ ਤੇ ਸਾਡੇ ਨਾਲ ਇਸ ਵੇਲੇ ਗੱਲਬਾਤ ਕਰਨ ਲਈ ਮੌਜੂਦ ਨੇ ਫਾਦਰ ਮੈਕਲੇਨੀ ਸਰ ਸਭ ਤੋਂ ਪਹਿਲਾਂ ਤਾਂ ਇਹ ਦੱਸਿਆ ਜਾਵੇ ਕਿ ਇਹ ਚਰਚ ਕਦੋਂ ਤੋਂ ਖੁੱਲੇਗਾ ਜਾਂ ਕਰੋ ਤੋਂ ਖੁੱਲ ਚੁੱਕਾ ਹੈ ਤੇ ਕਿਸ ਤਰੀਕੇ ਦੇ ਨਾਲ ਪ੍ਰੇਅਰਸ ਚੱਲ ਰਹੀਆਂ ਨੇ ਤੇ ਕੀ ਪ੍ਰਬੰਧ ਨੇ ਇੱਥੇ ਚਰਚ ਕਦੀ ਬੰਦ ਨਹੀਂ ਹੁੰਦਾ ਚਰਚ ਹਾਵੇ ਬੰਦਗੀ 24 ਘੰਟੇ ਜਾਰੀ ਰਹਿੰਦਾ ਪਰ ਕੋਰੋਨਾ ਵਾਇਰਸ ਮਹਾਮਾਰੀ ਦੇ ਵਿਰੁੱਧ ਜੋ ਜੰਗ ਪੂਰਾ ਦੁਨੀਆ ਕਰ ਰਿਹਾ ਉਹਦੇ ਵਿੱਚ ਸਹਿਯੋਗ ਦਿੰਦੇ ਹੋਏ ਅਸੀਂ ਆਪਣੇ ਵਿਸ਼ਵਾਸ ਸੰਗਤ ਨੂੰ ਗਿਰਜਕਰ ਦੇ ਵਿੱਚ ਆਉਣ ਲਈ ਰੁਕਾਵਟ ਨਹੀਂ ਆਇਆ ਹੈ ਸਰਕਾਰ ਨੇ ਉੱਥੋਂ ਖੋਲਦੀ ਐ ਪਰ ਅਸੀਂ ਬੋਲਾ ਨਹੀਂ ਅਜੇ ਉਹ ਸਮਾਨ ਨਹੀਂ ਆਇਆ ਜਦੋਂ ਮਸੀਂ ਆਪਣੇ ਗਿਰਜਕਰ ਨੂੰ ਸੰਗਤ ਲਈ ਖੋਲਦੇ ਕਿਉਂਕਿ ਦਿਨੋ ਦਿਨ ਮਾਹੌਲ ਵਿਗੜ ਰਿਹਾ ਨੇ ਆਵਰ ਆਸਾਮ ਸਰਕਾਰ ਨੂੰ ਕੁਛ ਕਰਨ ਲਈ ਨਹੀਂ ਰੱਬ ਦੇ ਅਸੀਂ ਵਿਸ਼ਵਾਸ ਰੱਖਦਾ ਪ੍ਰਾਰਥਨਾ ਅਸੀਂ ਕਰਦਾ ਵੀ ਰਹਿੰਦਾ WhatsApp ਮੇ ਇੱਕ ਸਕ੍ਰਿਪਟ ਚੱਲਦਾ ਸ਼ੈਤਾਨ ਕੁਦਾਨ ਨੂੰ ਆਖਿਆ ਮੈਂਨੇ ਕਰੋਨਾ ਵਾਇਰਸ ਕੋ ਦੁਨੀਆ ਮੇਂ ਭੇਜਿਆ ਸਾਰੇ ਗਿਰਜਕਰਨ ਨੂੰ ਬੰਦ ਕਰ ਦਿੱਤਾ। ਤੋ ਖੁਦਾ ਨੇ ਜਵਾਬ ਦਿਆ ਤੂੰ ਤੋ ਸਾਰੇ ਗਿਰਜਕਰਨ ਨੂੰ ਬੰਦ ਕਰ ਦਿੱਤਾ ਪਰ ਮੈਂਨੇ ਸਾਰੇ ਕਰਾਮ ਵਿੱਚ ਗਿਰਜਕਰ ਖੋਲ ਦਿਆ। ਸੱਚਮੁੱਚ ਇਹ ਆਜ ਦੇ ਸਮੇਂ ਦੇ ਵਿੱਚ ਸਾਡੇ ਲਈ ਇੱਕ ਉਥਮ ਮਿਸਾਲ ਹੈ। ਗਿਰਜਕਰ ਦੇ ਅੰਦਰ ਆਉਣਾ ਬੰਦੀਗੀ ਕਰਨਾ ਇਹ ਸਾਰੇ ਵਿਸ਼ਵਾਸੀ ਚਾਹਤੇ ਨੇ। ਔਰ ਜਿਹੜਾ ਦਿਲਚਸਪੀ ਨਾਲ ਪ੍ਰਾਰਥਨਾ ਕਰਨਾ ਚਾਹਤੇ ਉਹਨਾਂ ਲਈ ਅਸੀਂ ਮਨਜ਼ੂਰੀ ਵੀ ਦਿੰਦਾ ਰਹਿੰਦਾ ਪਰ ਦੁਆ ਬੰਦਗੀ ਜਾਂ ਪ੍ਰਾਰਥਨਾ ਸਮਾਰੋਹ ਦਾ ਪ੍ਰੋਗਰਾਮ ਅਸੀਂ ਬੰਦ ਕੀਤਾ ਇੱਥੇ ਰੱਬ ਦੀ ਆਰਾਧਨੇ ਦਾ ਪ੍ਰੋਗਰਾਮ ਚੱਲਦਾ ਰਹਿੰਦਾ ਔਰ ਬਾਈਬਲ ਪਾਠ ਜਾਂ ਅਗੰਡਾ ਪਾਠ ਕਨ ਬੋਲ ਦਾ ਉਹ ਵੀ ਚੱਲਦਾ ਰਹਿੰਦਾ ਤੋਂ ਜਿੰਨੇ ਵੀ ਆਏਗਾ ਆਪਣਾ ਜੋ ਵੀ ਸਰਕਾਰ ਵੱਲੋਂ پابੰਦੀਆਂ ਲਾਇਆ ਹੈ ਉਹ ਦੇ ਮੁਤਾਬਕ ਸੈਨੀਟਾਈਜ਼ ਕਰਕੇ ਅੰਦਰ ਆਉਂਦੇ ਨੇ ਡਿਸਪਲਿਨ ਦੇ ਵਿੱਚ ਆ ਕੇ ਮਤਾ ਟੇਕੇ ਆਪਣੇ ਆਪ ਨੂੰ ਕਰਨ ਜਾਂਦਾ ਤੋਂ ਸ਼ਰਧਾ ਨਾਲ ਜਿਹੜੇ ਆਉਂਦੇ ਨੇ ਉਹਨਾਂ ਰੱਬ ਦੇ ਘੜੀ ਪ੍ਰਾਰਥਨਾ ਕਰਕੇ ਆਪਣੇ ਮੰਗਾਂ ਪੂਰਾ ਕਰਕੇ ਵੀ ਜਾਂਦਾ ਔਰ ਸਾਡੇ ਵੱਲੋਂ ਇਸ ਮਾਹੌਲ ਦੇ ਵਿੱਚ ਫੇਸਬੁੱਕ ਦੇ YouTube ਦੇ ਰਾਹੀ ਮਰੀਮ ਥਾਂ ਟੈਲੀਵਿਜ਼ਨ ਚੈਨਲ ਸ਼ੁਰੂ ਕੀਤਾ ਉਹਦੇ ਰਾਹੀਂ ਹਰ ਰੋਜ਼ ਆਪਣਾ ਪ੍ਰੋਗਰਾਮ ਟਰੈਲਕਾਸਟ ਕਰ ਰਹੇ ਆਪਣੇ ਲੋਕ ਘਰਾਂ ਵਿੱਚ ਬੈਠ ਕੇ ਬੰਦਗੀ ਦੇ ਵਿੱਚ ਸ਼ਾਮਲ ਹੁੰਦਾ ਹਰ ਰੋਜ਼ ਸਵੇਰੇ 6 ਵਜੇ ਤੋਂ ਗਿਰਜੇ ਦਾ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਔਰ ਸ਼ਾਮ 8 ਵਜੇ ਤੱਕ ਚੱਲਦਾ ਜਿਹਦੇ ਵਿੱਚ ਵਕ ਵਕ ਪ੍ਰੋਗਰਾਮ ਬੰਦੇ ਨੇ ਸੁਸਮਾਜਾਰ ਸੁਣਾਏ ਜਾਂਦਾ ਅੰਜੀਲ ਦਾ ਪ੍ਰਗੋਸ਼ਣ ਹੁੰਦਾ ਜਾਂ ਬਾਕੀ ਜਿਹੜਾ ਪੂਜਾ ਪਾਠ ਦਾ ਪ੍ਰੋਗਰਾਮ ਹੈ ਉਹ ਸਭ ਜਿਹੜਾ ਇੱਥੇ ਰਹਿਣ ਵਾਲੇ ਮਿਲ ਕੇ ਕਰਦਾ ਰਹਿੰਦਾ ਸਰਕਾਰ ਨੂੰ ਅਸੀਂ ਤਨਵਾਦ ਕਰਦੇ ਹਾਂ ਕਿਉਂਕਿ ਉਹਨਾਂ ਨੇ ਧਰਮ ਦਾ ਇੱਜ਼ਤ ਕੀਤਾ ਖੁਦਾ ਦਾ ਬੰਦਗੀ ਦਾ ਮਾਨ ਦਿੱਤਾ ਧਰਮ ਸਥਾਨਾਂ ਨੂੰ ਖੋਲਣ ਲਈ ਮਨਜ਼ੂਰੀ ਦਿੱਤਾ ਪਰ ਅਸਾਂ ਅਜੇ ਇਸ ਉਸ ਮਾਹੌਲ ਨੂੰ ਵੇਖਿਆ ਨਹੀਂ ਜਦੋਂ ਮਸੀਂ ਗਿਰਜਕਰਾਨ ਨੂੰ ਖੋਲਕੇ ਇਸ ਜੰਗ ਦੇ ਵਿੱਚ ਜਿੰਨੇ ਵੀ ਇਸ ਜੰਗ ਦਾ ਮੈਦਾਨ ਦੇ ਵਿੱਚ ਉਹਨਾਂ ਨੂੰ ਕਮਜ਼ੋਰੀ ਪਾਵੇ ਜਾਂ ਉਹਨਾਂ ਦਾ ਕਮ ਦੇ ਵਿੱਚ ਰੁਕਾਵਟ ਪਾਵੇ ਯਾ ਇਸ ਕੋਰੋਨਾ ਵਾਇਰਸ ਦੇ ਵਿਰੁੱਧ ਲੜਾਈ ਦੇ ਵਿੱਚ ਸਰਕਾਰ ਨੂੰ ਵੀ ਕੋਈ ਕਮਜ਼ੋਰੀ ਕਮਜ਼ੋਰੀ ਨਾ ਆਇਆ ਮਸੀਹ ਹੀ ਪਾਈ ਜਾ ਰਿਹਾ ਹਰ ਸਮਾਂ ਸਰਕਾਰ ਦੇ ਨਾਲ ਸਹਿਯੋਗ ਦਿੰਦਾ ਰਿਹਾ ਦੁਨੀਆ ਪਰਦੇ ਵਿੱਚ ਚਾਹੇ ਵਿਦਿਆ ਦਾ ਕੇਂਦਰ ਹੋਵੇ సేవ ਦਾ సామాజిక సేవా ਦਾ ਹੈ ਹਰ ਸਮਾ مسیحی ਕੋਮ ਸੇਵਾ ਦੀ ਕੰਮ ਦੇ ਵਿੱਚ ਅੱਗੇ ਹੁੰਦੇ ਨੇ ਤੋਂ ਸਾਡੇ ਲਈ ਕੋਈ ਨਵੀਂ ਗੱਲ ਨਹੀਂ 2000 ਸਾਲ ਦੀ ਇਤਿਹਾਸ ਦੇ ਵਿੱਚ ਅਸੀਂ ਪਰਸੁਰ ਦੇ ਦੁਨੀਆ ਨੂੰ ਇਹ ਸਬੂਤ ਦਿੰਦਾ ਹੈ ਕਿ مسیحی ਕੋਮ ਪ੍ਰਸ਼ਾਸਨ ਦੇ ਅਨਿਸ਼ਾਸਨ ਥੱਲੇ ਚਲਣ ਵਾਲਾ ਕੋਮ ਹੈ aur ਸ਼ਾਂਤੀ aur ਖੁਸ਼ੀ ਆਪਣੇ ਕੋਮਤ ਪਛਾਣ ਵੀ ਹੁੰਦੇ ਨੇ ਸੇਵਾ ਹੈ ਅਸਲੀ ਬੰਦਗੀ ਹੈ ਇਸ ਆਤਬਜਨ ਅਸੀਂ ਸੁਣਾਵੰਦਾ ਰਹਿੰਦਾ ਤਾਂ ਜਦੋਂ ਮਾਹੌਲ ਬਦਲੇਗਾ ਫਿਰ ਉਹਦੇ ਵਾਰੀ ਅਸੀਂ ਵਿਚਾਰ ਕਰੇਗਾ ਫਿਰ ਅਸੀਂ ਆਪਣਾ ਗ੍ਰਜਕਰ ਨੂੰ ਖੋਲ ਦੇਗਾ ਕੱਲ ਵੀ ਸਾਡੇ ਬਿਸ਼ਪ ਸਾਹਿਬ ਦੇ ਲੋਕ ਖੁੱਖ ਵਿੱਚ ਹੀ ਹੈ ਹੁਣ ਕੋਈ ਗ੍ਰਜਕਰ ਖੋਲਣਾ ਨਹੀਂ ਜਿੰਨੇ ਚਿਰ ਉਹ ਵਾਤਾਵਰਣ ਮਾਹੌਲ ਬਦਲਦੇ ਨਹੀਂ ਅਸੀਂ ਜਿੱਦਾਂ ਚੱਲਦਾ ਰਹਾ ਉਦਾਂ ਚਲਾਂਗੇ ਔਰ ਪੂਰਾ ਸਹਿਯੋਗ ਦਾਂਗੇ ਤਾਂ ਕਿ ਇਸ ਜਿੰਗ ਦੇ ਵਿੱਚ ਅਸੀਂ ਜਿੱਤ ਹਾਸਲ ਕਰਨਾ ਕੋਰੋਨਾ ਨੂੰ ਅਸੀਂ ਮਾਰਨਾ ਹੀ ਤੇ ਸਰ ਸਭ ਤੋਂ ਖਾਸ ਸਵਾਲ ਬਹੁਤ ਸੁਣੀਆਂ ਗੱਲਾਂ ਕੀਤੀਆਂ ਤੁਸੀਂ ਕਿ ਘਰ-ਘਰ ਦੇ ਵਿੱਚ ਗਿਰਜਾ ਘਰ ਖੁੱਲ ਗਿਆ ਹਰ ਘਰ ਦੇ ਵਿੱਚ ਮੰਦਿਰ ਗੁਰਦੁਆਰਾ ਹੋ ਗਿਆ ਕੋਰੋਨਾ ਵਾਇਰਸ ਦਾ ਇੱਕ ਚੰਗਾ ਅਸਰ ਵੀ ਆਇਆ ਪਰ ਚਰਚ ਦੇ ਵਿੱਚ ਲਗਾਤਾਰ ਉਹ ਪਰਿਵਾਰ ਮੇਰੇ ਖਿਆਲ ਨਾਲ ਪ੍ਰੇਅਰ ਕਰਦੇ ਰਹੇ ਨੇ ਉਸ ਬਾਰੇ ਥੋੜਾ ਜਿਹਾ ਡਿਟੇਲ ਜ਼ਰੂਰ ਦੇ ਦਿਓ ਡਿਟੇਲ ਨਹੀਂ ਇੱਕ ਬਰੀਫ ਦੇ ਵਿੱਚ ਜ਼ਰੂਰ ਦੱਸ ਦਿਓ ਕਿ ਕਿਹੜੇ ਲੋਕ ਪ੍ਰੇਅਰ ਕਰ ਰਹੇ ਨੇ ਅੰਦਰ ਕਿਹੜੇ ਲੋਗ ਕਿਸ ਤਰੀਕੇ ਦੇ ਨਾਲ ਆਪਸ ਵਿੱਚ ਡਿਸਟੈਂਸ ਮੇਨਟੇਨ ਕਰਕੇ ਲੋਕਾਂ ਤੱਕ ਇਸ ਪ੍ਰੇਅਰਸ ਨੂੰ ਪਹੁੰਚਾ ਰਹੇ ਨੇ ਮੈਂ ਇਸ ਗਿਰਜਕਰ ਦਾ ਪ੍ਰੋਗਿਦੋ ਔਰ ਮੇਰੇ ਅਗਵਾਈ ਹੇਠ ਇੱਥੇ ਰਹਿਣ ਵਾਲੇ ਸੇਵਾਦਾਰ ਸਿਸ਼ਟ ਸੇਵਾਨ ਧਾਰਮਿਕ ਪਹਿਣਾ ਇੱਥੇ ਰਹਿੰਦੇ ਨੇ ਔਰ ਫਾਦਰ ਲੋਗ ਵੀ ਜਿੰਨੇ ਵੀ ਇੱਥੇ ਰਹਿੰਦੇ ਨੇ ਉਹਨਾਂ ਸਮੇਂ ਸਿਰ ਆਖੇ ਪ੍ਰਾਰਥਨਾ ਦੀ ਅਗਵਾਈ ਕਰਦਾ ਔਰ ਪੂਜਾ ਪਾਠ ਜਿੱਦਾਂ ਸਾਡੀ ਰੀਤ ਰਿਵਾਜ ਦੇ ਮੁਤਾਬਕ ਪੂਜਾ ਰੀਤੀ ਦੇ ਮੁਤਾਬਕ ਅਸੀਂ ਕਰਦੇ ਰਹਿੰਦੇ ਨੇ ਤੋ ਜਦੋਂ ਨਹੀਂ ਤੋ ਵੀ ਜਦੋਂ ਕੈਥਲਿਕ ਵਿਸ਼ਵਾਸ ਦੇ ਮੁਤਾਬਕ ਜਦੋਂ ਅਸੀਂ ਬੰਦਗੀ ਕਰਦਾ ਅਸੀਂ ਸਿਰਫ ਉਹਨਾਂ ਲੋਕਾਂ ਲਈ ਨਹੀਂ ਬੰਦਗੀ ਕਰਦਾ ਹੁੰਦਾ ਅਸੀਂ ਤੋ ਪੂਰਾ ਦੁਨੀਆ ਲਈ ਪ੍ਰਾਰਥਨਾ ਕਰਦਾ ਪੂਰਾ ਦੇਸ਼ ਲਈ ਪੂਰਾ ਉਹ ਵੀ ਨਹੀਂ ਜੀਵਨ ਦੇ ਆਨ ਲਈ ਵੀ ਮਰਦਿਆਂ ਲਈ ਵੀ ਅਸੀਂ ਪ੍ਰਾਰਥਨਾ ਕਰਨ ਵਾਲੇ ਨੇ ਤੋ ਇਹ ਜ਼ਰੂਰੀ ਨਹੀਂ ਹੈ ਸਾਰੇ ਸੰਗਤ ਸਾਡੇ ਨਜ਼ਦੀਕ ਹੋਣ ਸਾਡੇ ਲਈ ਸਾਰੇ ਤੋਂ ਸਾਰੇ ਸਾਡੇ ਨਜ਼ਦੀਕ ਹੈ ਸੰਤ ਲੋਕ ਜਿਹੜਾ ਸੁਰਗ ਦੇ ਵਿੱਚ ਹੈ ਜਿੰਨੇ ਲੋਕ ਕਰਾਂ ਵਿੱਚ ਬੈਠਦੇ ਨੇ ਕਰੋਨਾ ਦੇ ਨਾਲ ਸੰਘਰਸ਼ ਕਰਨੇ ਉਹ ਵੀ ਸਾਡੇ ਨਜ਼ਦੀਕ ਹੈ ਮੋਏ ਹੋਏ ਲੋਕ ਜਿਹੜਾ ਸੁੱਤੇ ਪਏ ਨੇ ਉਹ ਵੀ ਸਾਡਾ ਨਜ਼ਦੀਕ ਹੈ ਸਾਡੇ ਲਈ ਬੰਦਗੀ ਲਈ ਉਹਨਾਂ ਨੂੰ ਅਸੀਂ ਨਾਲ ਲੈ ਕੇ ਪ੍ਰਾਰਥਨਾ ਕਰਦਾ ਤਾਂ ਪ੍ਰਾਰਥਨਾ ਕੁਦਾ ਦੇ ਨਾਲ ਹੁੰਦਾ ਸੰਗਤ ਵਕ ਵਕ ਟੰਗ ਨਾਲ ਸਾਡੇ ਨਾਲ ਮੇਲ ਕਰ ਸਕਦਾ ਇਸ ਲਈ ਇਹ ਸਾਡਾ ਪੂਜਾ ਵਿਧੀ ਸਾਡਾ ਪੂਜੀ ਦਾ ਪੂਜਾ ਵਿਧੀ ਦਾ ਹਰੀ ਦਰਵਾਜ਼ ਦੇ ਮੁਤਾਬਕ ਅਸੀਂ ਅੱਗੇ ਉਹਦੇ ਵਿੱਚ ਕੋਈ ਰੁਕਾਵਟ ਜਿੱਤਕ ਹੋਇਆ ਨਹੀਂ ਯਾ ਸੋ ਤੁਸੀਂ ਖੁਦ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਕੈਥੇਲਿਕ ਸਮਾਜ ਵੀ ਜਿਹੜਾ ਹੈ ਉਹਨਾਂ ਨੇ ਪ੍ਰੇਸ਼ ਨੂੰ ਬਿਲਕੁਲ ਵੀ ਬੰਦ ਨਹੀਂ ਕੀਤਾ ਚਰਚ ਬੰਦ ਨਹੀਂ ਹੋਏ ਪਰ ਲੋਕਾਂ ਨੂੰ ਘਰੇ ਬਹਿ ਕੇ ਪ੍ਰਾਰਥਨਾ ਕਰਨ ਦੀ ਘਰੇ ਬਹਿ ਕੇ ਪ੍ਰੇਅਰ ਕਰਨ ਦੀ ਇੱਕ ਜਿਹੜੀ ਹਿਦਾਇਤ ਹੈ ਉਹ ਆਪਣੇ ਵੱਲੋਂ ਜਾਰੀ ਕੀਤੀ ਤਾਂ ਜੋ ਜ਼ੀਰੋ ਕੰਟੈਕਟ ਨੂੰ ਮੇਨਟੇਨ ਕੀਤਾ ਜਾ ਸਕੇ ਤੇ ਨਾਲੋਂ ਨਾਲ ਜੇਕਰ ਅਸੀਂ ਗੱਲ ਕਰੀਏ ਜੇਕਰ ਕੋਈ ਬੰਦਾ ਇੱਥੇ ਚਰਚ ਦੇ ਵਿੱਚ ਆਉਂਦਾ ਵੀ ਹੈ ਕੁਝ ਸੇਵਾਦਾਰ ਨੇ ਕੁਝ ਜਿਹੜੇ ਸਫਾਈ ਕਰਮਚਾਰੀ ਨੇ ਜਿਹੜੇ ਹਰ ਚੀਜ਼ ਨੂੰ ਮੇਨਟੇਨ ਰੱਖਦੇ ਨੇ ਉਹਨਾਂ ਲਈ ਵੀ ਸੋਸ਼ਲ ਡਿਸਟੈਂਸਿੰਗ ਤੇ ਬਾਕੀ ਜਿਹੜੀਆਂ ਹਦਾਇਤਾਂ ਨੇ ਸੈਨੀਟਾਈਜੇਸ਼ਨ ਵਗੈਰਾ ਹਰ ਚੀਜ਼ ਉਸੇ ਤਰੀਕੇ ਲਾਗੂ ਕੀਤੀ ਗਈ ਹੈ ਜਿੱਦਾਂ ਬਾਕੀ ਲੋਕਾਂ ਦੇ ਲਈ ਹੈ ਕੈਮਰਾਮੈਨ ਜਦੋਂ ਰਾਜਪੂਤ ਦੇ ਨਾਲ ਮਨ ਰਾਜੀਪ ਛੱਟਾ ਜਲੰਧਰ ਤੋਂ ऑल वर्ल्ड ओपन चैलेंज 17 टाइम गोल्ड मेडलिस्ट मिया रफीक मोहम्मद पंडित मौलवी बेगम तांत्रिक एना चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटे विच समाधान फ्री फ्री फ्री, फ्री मिया रफीक मोहम्मद मोबाइल चौरासी तीन सौ चौहत्तर